ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਟਰੱਕ ਚਲਾਉਣ ਵਾਲੇ ਵੀਰ ਸਾਵਧਾਨ, ਜੇਕਰ ਕੋਈ ਸੜਕ ਉੱਤੇ ਤੁਹਾਨੂੰ ਸਿਵਲ ਵਰਦੀ ਵਿੱਚ ਰੋਕਦਾ ਹੈ ਪੁਲਿਸ ਵਾਲਾ ਬਣ ਕੇ, ਤਾਂ ਤੁਹਾਡੇ ਨਾਲ ਵੀ ਘਟ ਸਕਦੀ ਹੈ ਕੋਈ ਅਣਹੋਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਬਹੁਤ ਸਾਰੇ ਪੰਜਾਬ ਦੇ ਅਜਿਹੇ ਲੋਕ ਹੈ ਨੇ ਜੋ ਆਏ ਦਿਨ ਪੰਜਾਬ ਤੋਂ ਬਾਹਰ ਟਰੱਕ ਲੈ ਕੇ ਜਾਂਦੇ ਨੇ, ਜੋ ਟਰਾਂਸਪੋਰਟੇਸ਼ਨ ਦਾ ਹੀ ਕੰਮ ਕਰਦੇ ਨੇ, ਪਰ ਬਹੁਤ ਥਾਵਾਂ ਦੇ ਉੱਤੇ ਅਜਿਹੀ ਘਟਨਾ ਵਾਪਰਦੀ ਹੈ ਕਿ ਕੁਝ ਲੋਕ ਰਾਤ ਨੂੰ ਜਾਂ ਦਿਨ ਵੇਲੇ ਸਿਵਲ ਵਰਦੀ ਦੇ ਵਿੱਚ ਟਰੱਕ ਰੋਕਦੇ ਨੇ ਤੇ ਆਪਣੇ ਆਪ ਨੂੰ ਵਿਜੀਲੈਂਸ ਦਾ ਜਾਂ ਪੁਲਿਸ ਦਾ ਅਧਿਕਾਰੀ ਦੱਸ ਕੇ ਕਾਗਜ਼ ਪੱਤਰ ਮੰਗਣ ਦੀ ਕੋਸ਼ਿਸ਼ ਕਰਦੇ ਨੇ। ਪਰ ਜੇਕਰ ਸਿਵਲ ਵਰਦੀ ਦੇ ਵਿੱਚ ਕੋਈ ਤੁਹਾਡੇ ਤੋਂ ਕਾਗਜ਼ ਪੱਤਰ ਮੰਗਦਾ ਹੈ ਤਾਂ ਕੀ ਤੁਹਾਨੂੰ ਦੇਣੇ ਚਾਹੀਦੇ ਨੇ ਜਾਂ ਨਹੀਂ ਦੇਣੇ ਚਾਹੀਦੇ ਨੇ, ਕੀ ਉਹ ਬੰਦੇ ਸਹੀ ਨੇ ਜਾਂ ਨਹੀਂ ਨੇ, ਇਹ ਵੀਡੀਓ ਵੇਖ ਕੇ ਤੁਹਾਨੂੰ ਸ਼ਾਇਦ ਅੰਦਾਜ਼ਾ ਹੋ ਜਾਵੇਗਾ। ਕਿਉਂਕਿ ਬੀਤੇ ਦਿਨ ਅਸੀਂ ਇੱਕ ਹੋਰ ਖਬਰ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਇੱਕ ਅਜਿਹਾ ਵਿਜੀਲੈਂਸ ਦਾ ਗਿਰੋਹ ਪੁਲਿਸ ਨੇ ਆਪ ਦਬੋਚਿਆ ਸੀ, ਜੋ ਨਕਲੀ ਅਧਿਕਾਰੀ ਬਣ ਕੇ ਟਰੱਕ ਵਾਲਿਆਂ ਨੂੰ ਰੋਕਿਆ ਕਰਦੇ ਸਨ ਅਤੇ ਟਰੱਕ ਰੋਕ ਕੇ ਉਹਨਾਂ ਤੋਂ ਸਭ ਕੁਝ ਲੁੱਟ ਲੈਂਦੇ ਸਨ, ਮੋਬਾਈਲ ਫੋਨ ਤੱਕ ਲੁੱਟ ਲੈਂਦੇ ਸਨ ਅਤੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਸਨ। ਇਹ ਵੀਡੀਓ ਵੀ ਕੁਝ ਉਸੇ ਵੱਲ ਹੀ ਇਸ਼ਾਰਾ ਕਰ ਰਹੀ ਹੈ। कौन क्या है? नहीं मैं रिव्यू नहीं दूंगा। किस चीज के पहले बता दे मेरे को, बता कमी पैसे की किस चीज का ये बताओ। अब आप लाइसेंस फाइल देखने वाले कौन होते हो? आरटीओ देखे, पीआई देखे, आप कौन होते हो? हाँ आरटीओ ही है, फाइल लेके आ जाऊं मैं। भैया आप दिमाग को ठीक है, मारोगे तो आप भी जेल जाओगे। हाँ ऐसा नहीं है, खड़ा हूँ भिजुआ। हाँ तो मैं यही खड़ा हूँ भिजुआ। हाँ मारोगे? मिला हमें नहीं मिलते आप किसी से सगड़ रोड पे। हाँ आपको मैं फाइल दूँ किस चीज से? साथी फाटक मत खोलो, फाटक आप मत लगा भाई। क्या? हाँ हाईवे ट्रैफिक है, बराबर कंप्लीट है, कागज सब कुछ है। क्या दिखाऊँ? गाड़ी गांड है तू। अरे भाई गाड़ मत निकालना, चलो नड़ रहा है, नड़ रहा है, गाड़ मत निकालो, गांड गांड मत करो। हाँ बुलाना जिसको बुलाना बुलाना, मैं खड़ा हूँ, बुला सकते हो आराम से। पंजाब की भाषा करके हमें गाड़ा मत निकालो। अरे बल्ला देने यार, क्यों मगजमारी कर रहा है? अरे भाई साहब क्यों करवा रहे हैं इनको यार? अरे आप वहां खड़े हो, क्यों इनको आगे भेज रहे हो? क्या बात है, है? तो क्यों दाबू तकलीफ क्या है? 300 रुपए किस चीज के दूं मैं? 300 रुपए किसके दूं भाई साहब? तो बाकी साहब कौन से साहब करे? साहब नहीं जान रहे, चला रहा हूँ साहब जान रहे।
ਕਿਆ ਕਰੂੰ ਬਾਤ ਮੋਬਾਈਲ ਛੀਨ ਲੇ ਆਪਕੀ ਇਤਨੀ ਦਾਦਾਗਰੀ ਛੀਨ ਲੋ ਇਤਨੀ ਦਾਦਾਗਰੀ ਛੀਨ ਲੋ ਆਪ ਮਾਰ ਦੋਗੇ ਆਪ ਤੋ ਗਾੜੀ ਵੀ ਛੀਨ ਲੋਗੇ ਛੀਨਨੇ ਮੈਂ ਗਾੜੀ ਵੀ ਛੀਨ ਲੋ ਛੀਨਨੇ ਮੈਂ ਕਿਆ ਤੋ ਮੋਬਾਈਲ ਛੀਨਨੇ ਗਾੜੀ ਵੀ ਛੀਨ ਲੋਗੇ ਮੈਂ ਕਹਾ ਬਤੇ ਨਹੀਂ ਮੋਬਾਈਲ ਛੀਨਤੇ ਜਿਤਨਾ ਆਪਕੋ ਟਾਈਮ ਲਗੇ ਉਤਨਾ ਗਾੜੀ ਛੀਨਤੇ ਲਗੇ ਯਾ ਹੋ ਰਹਾ ਹੈ ਤੋ ਗਾੜੀ ਛੀਨ ਲੋ ਗਾੜੀ ਛੀਨ ਲੋ ਫੋਨ ਨੰਬਰ ਫੋਨ ਮਿਲਾ ਤੋ ਮੈਂ ਮਿਲਾ ਦੂੰਗਾ ਕਿਉਂ ਟੈਨਸ਼ਨ ਲੇ ਅਰੇ ਤੋ ਟਾਈਮ ਰੱਖੋ ਨਾ ਸ਼ਾਂਤੀ ਰੱਖੋ ਸਭ ਮਿਲਾਂਗੇ ਸੌ ਨੰਬਰ ਮਿਲਾਂਗੇ ਪੁਲਿਸ ਵਾਲੇ ਸਭ ਕੁਝ ਆਏ ਤੋ ਸ਼ਾਂਤੀ ਰੱਖੋ ਨਾ ਮਿਲਾ ਲੇਗਾ ਕਿਉਂ ਟੈਨਸ਼ਨ ਲੇ ਰਹੇ ਹੋ ਆਪ ਮੈਂ ਪੈਸਾ ਨਹੀਂ ਦੂੰਗਾ ਗਾੜੀ ਉੱਪਰ ਟਾਇਰ ਮਤ ਰੱਖਣਾ ਮੈਂ ਪੈਸਾ ਨਹੀਂ ਦੂੰਗਾ ਸਾਹਿਬ ਆਪ ਗਾੜੀ ਖੜੀ ਕਰਾਉਣੀ ਖੜੀ ਕਰਵਾ ਦੋ ਹਾਂ ਖੜੀ ਕਰਾਓ ਬੰਦ ਕਰ ਦੀ ਇਹ ਲੋ ਖੜੀ ਮੈਂ ਹਾਂ ਮੋਬਾਈਲ ਕਿਉਂ ਲਿਖਾ ਹਮਾਰਾ ਕਿਉਂ ਆਪ ਕੋਈ ਬਾਹਰ ਦੇ ਚਲਦੇ ਆਦਮੀ ਮਾਰ ਕੇ ਫੇਂਕ ਕੇ ਰੋੜੇ ਗਾੜੀ ਵੀ ਲੈ ਕੇ ਚਲੇ ਜਾਓਗੇ ਐਸੇ ਤੋਂ ਆਪਕੋ ਕਿਆ ਮਤਲਬ ਵੀਡੀਓ ਬਣਾਓ ਆਪਕੋ ਕਿਆ ਦਿੱਕਤ ਹੈ ਦਿੱਕਤ ਕਿਉਂ ਨਹੀਂ ਹੈ ਕਿਆ ਲੂਟ ਲੋਗੇ ਕਲ ਕੇ ਮਾਰ ਦੋਗੇ ਜਾਣੀ ਨਹੀਂ ਦੋਗੇ ਮੋਬਾਈਲ ਫੈਂਕ ਦੋਗੇ ਲੂਟ ਲੋਗੇ ਮਾਰ ਦੋਗੇ ਲੂਟਦੇ ਹੋ ਨਾ ਇਸੇ ਤੋਂ ਕਹਤੇ ਹੋ ਕਿਸੇ ਕਹਤੇ ਦਾਲ ਮੰਦੇ ਕਾ ਭਾਈ ਤੂੰ ਪੜੇਗਾ ਮੇਰੇ ਤੋਂ ਇਸ ਤੇ ਮੰਦਿਰ ਫੋਨ ਆਡ ਬੰਦ ਕਰ ਹਮ ਲਾਟੇਂਗੇ ਹਮ ਔਲਾਦ ਬਿੜਾ ਦੇ ਏ ਮਾਦਰ ਵੀਡੀਓ ਮਾਰੀ ਫਿਰ ਮੈਂ ਲੜ ਕਰੀ ਇਹਦੇ ਲਈ ਮਾਰ ਸਕਰਾ ਹੋਰ ਸਮਝ ਨਹੀਂ ਰਿਹਾ ਤੂੰ ਹੈ ਬਾਸ ਤੂੰ ਵੀਡੀਓ ਮਾਰ ਗਈ ਗੁਰਪਿਆਰੇ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਇਹ ਅਧਿਕਾਰੀ ਜੋ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਸਿਵਲ ਵਰਦੀ ਦੇ ਵਿੱਚ ਵਾਕਈ ਇਹ ਸਹੀ ਹੈ ਜਾਂ ਗਲਤ ਹੈ ਪਰ ਹਾਂ ਇੱਕ ਗੱਲ ਜ਼ਰੂਰ ਇਸ ਦੇ ਵਿੱਚ ਗਲਤ ਹੈ ਕਿ ਅਧਿਕਾਰੀ ਨੇ ਆਪਣੀ ਵਰਦੀ ਕਿਉਂ ਨਹੀਂ ਪਾਈ ਹੋਈ ਜੇਕਰ ਉਹ ਡਿਊਟੀ ਦੇ ਉੱਤੇ ਤੈਨਾਤ ਹੈ ਆਪਣੀ ਡਿਊਟੀ ਨਿਭਾ ਰਿਹਾ ਹੈ ਤਾਂ ਉਸਨੇ ਆਪਣੀ ਵਰਦੀ ਕਿਉਂ ਨਹੀਂ ਪਾਈ ਤੇ ਜਿਹੜਾ ਪੁਲਿਸ ਮੁਲਾਜ਼ਮ ਇਸ ਦੇ ਨਾਲ ਖੜਿਆ ਹੈ ਇਸ਼ਾਰਾ ਕਰਕੇ ਕਹਿ ਰਿਹਾ ਹੈ ਕਿ ਸਰ ਨੇ ਉਸਦਾ ਹੀ ਫਰਜ਼ ਬਣਦਾ ਸੀ ਕਿ ਜੇਕਰ ਵਾਕਈ ਹੀ ਸਹੀ ਕੰਮ ਹੋ ਰਿਹਾ ਹੈ ਤਾਂ ਉਹ ਆਪ ਅੱਗੇ ਆਉਂਦਾ ਕਿਉਂਕਿ ਉਸਨੇ ਵਰਦੀ ਪਾਈ ਹੋਈ ਸੀ ਕਿਉਂਕਿ ਜੋ ਚੀਜ਼ਾਂ ਅੱਜ ਕੱਲ੍ਹ ਸਮਾਜ ਦੇ ਵਿੱਚ ਹੋ ਰਹੀਆਂ ਨੇ ਉਸ ਨੂੰ ਵੇਖਦਿਆਂ ਹੋਇਆਂ ਹਰ ਕੋਈ ਡਰਿਆ ਅਤੇ ਸਹਿਮਿਆ ਰਹਿੰਦਾ ਹੈ ਕਿਉਂਕਿ ਕੋਈ ਪਤਾ ਨਹੀਂ ਕਿਸ ਭੇਖ ਦੇ ਵਿੱਚ ਕੌਣ ਕਿਸ ਨੂੰ ਕਦੋਂ ਮਾਰ ਮੁਕਾ ਕੇ ਇੱਕ ਪਾਸੇ ਸੁੱਟ ਜਾਵੇ ਤੇ ਗੱਡੀ ਲੈ ਕੇ ਫਰਾਰ ਹੋ ਜਾਵੇ ਇਸ ਲਈ ਅਸੀਂ ਹੱਥ ਜੋੜ ਕੇ ਹਰ ਕਿਸੇ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਸਮਝਦਾਰੀ ਦੇ ਵਿੱਚ ਹੀ ਆਪਣੀ ਸਭ ਤੋਂ ਵੱਧ ਸਿਕਿਉਰਿਟੀ ਹੈ ਆਪਣੀ ਸੰਭਾਲ ਹੈ ਇਸ ਲਈ ਤੁਸੀਂ ਸੋਚ ਸਮਝ ਕੇ ਡਰਾਈਵ ਕਰੋ ਅਤੇ ਸੋਚ ਸਮਝ ਕੇ ਗੱਡੀ ਰੋਕੋ ਅਤੇ ਅਧਿਕਾਰੀ ਜੋ ਵੀ ਤੁਹਾਨੂੰ ਰੋਕਦੇ ਨੇ ਤੁਹਾਡਾ ਫਰਜ਼ ਬਣਦਾ ਹੈ ਰੁਕਣਾ ਕਾਗਜ਼ ਪੱਤਰ ਉਹਨਾਂ ਨੂੰ ਦਿਖਾਉਣਾ ਪਰ ਹਾਂ ਸਿਰਫ ਉੱਥੇ ਰੁਕੋ ਜਿੱਥੇ ਅਧਿਕਾਰੀਆਂ ਨੇ ਵਰਦੀ ਪਾਈ ਹੋਈ ਹੈ ਤਾਂ ਜੋ ਤੁਹਾਡੇ ਨਾਲ ਕੋਈ ਵੀ ਕਦੇ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਬਾਈਲ ਛੀਨ ਲਵੇ ਮੋਬਾਈਲ ਛੀਨ ਲੇ ਛੀਨ ਲੇ ਆਪਕੀ ਇਤਨੀ ਦਾਦਾਗਰੀ ਛੀਨ ਲੋ ਇਤਨੀ ਦਾਦਾਗਰੀ ਛੀਨ ਲੋ ਆਪ ਮਾਰ ਦੋਗੇ ਆਪ ਤੋ ਗਾੜੀ ਵੀ ਛੀਨ ਲੋਗੇ ਛੀਨ ਮੈਂ ਗਾੜੀ ਵੀ ਛੀਨ ਲੋ ਛੀਨ ਮੈਂ ਕਿਆ ਤੋ ਮੋਬਾਈਲ ਛੀਨ ਲੋ ਗਾੜੀ ਵੀ ਛੀਨ ਲੋਗੇ ਮੈਂ ਕਹਾ ਬਤੇ ਨਹੀਂ ਮੋਬਾਈਲ ਛੀਨਤੇ ਜਿਤਨਾ ਆਪਕੋ ਟਾਈਮ ਲਗੇ ਉਤਨਾ ਗਾੜੀ ਛੀਨਤੇ ਲਗੇ ਯਾ ਹੋ ਰਹਾ ਹੈ ਤੋ ਗਾੜੀ ਛੀਨ ਲੋ ਗਾੜੀ ਛੀਨ ਲੋ ਫੋਨ ਨੰਬਰ ਫੋਨ ਮਿਲਾ ਤੋ ਮੈਂ ਮਿਲਾ ਦੂੰਗਾ ਕਿਉਂ ਟੈਨਸ਼ਨ ਲੈ ਅਰੇ ਤੋ ਟਾਈਮ ਰੱਖੋ ਨਾ ਸ਼ਾਂਤੀ ਰੱਖੋ ਨਾ ਫੋਨ ਨੰਬਰ ਮਿਲਾ ਕੇ ਸ਼ਾਂਤੀ ਰੱਖੋ ਸਭ ਮਿਲਾਂਗੇ ਸੌ ਨੰਬਰ ਮਿਲਾਂਗੇ ਪੁਲਿਸ ਵਾਲੇ ਸਭ ਕੁਝ ਆਏ ਤੋ ਸ਼ਾਂਤੀ ਰੱਖੋ ਨਾ ਮਿਲਾ ਲੇਗਾ ਕਿਉਂ ਟੈਨਸ਼ਨ ਲੈ ਰਹੇ ਹੋ ਆਪ ਮੈਂ ਪੈਸਾ ਨਹੀਂ ਦੂੰਗਾ
गाड़ी के ऊपर टायर मत रखना, मैं पैसा नहीं दूंगा। चाहे आप गाड़ी खड़ी करवाने खड़ी करवा दो, हाँ खड़ी कराओ, बंद कर दी, ये लो खड़ी। हाँ मोबाइल क्यों लेकर हमारा क्यों? आप कोई बाहर से चलते आदमी को मार के फेंक के रोड गाड़ी भी लेके चले जाओ ऐसे तो आप, आपको क्या मतलब वीडियो बनाओ? आपको क्या दिक्कत है? दिक्कत क्यों नहीं है? क्या दिक्कत क्यों नहीं है? क्यों दिक्कत है आपको? किस लिए दिक्कत है? आप ऐसे मांग रहे हो कि किस चीज की पर्ची? पर्ची दे रहा हूँ ना। कुछ किस चीज की? आप पैसे ले रहे, पर्ची सब कुछ दे रहे? नहीं हाँ तो दे रहे, पैसे किस चीज के दे? कहीं नहीं आई ये पर्ची अलाउ, हमको अलाउ नहीं है। हमको क्या करें? हमको मतलब नहीं इस पर्ची से। आप तो लूट लोगे, कल के मार दोगे, जाने नहीं दोगे, मोबाइल फेंक दोगे, लूट लोगे, मार दोगे। लूट जा, लूट जाने की सके? लूटते हो ना, किसे कहे लूट? ऐसे तो कहते हो, किसे कहते? दाल मंदिर काट भाई, बहने के लौटे के तो तू पड़ेगा मेरी तो इससे मंदिर फोन आड़ बंद कर, 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 वहां बंद कर, हम लात टेंग दे, लात टेंग दे, हम लात बिड़ा दे। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।